ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ ਅਤੇ ਇਨਸਾਨ ਨੂੰ ਮੌਤ ਦੇ ਮੂੰਹ ਚੋਂ ਬਚਾ ਲੈਂਦੇ ਹਨ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਮਲੋਟ ਦੇ ਸਿਵਲ ਹਸਪਤਾਲ 'ਚ, ਜਿੱਥੇ ਤੈਨਾਤ ਇੱਕ ਮਹਿਲਾ ਡਾਕਟਰ ਵੱਲੋਂ ਇੱਕ ਗਰਭਵਤੀ ਔਰਤ ਦਾ ਸਫਲ ਆਪਰੇਸ਼ਨ ਕਰਕੇ ਉਸ ਨੂੰ ਅਤੇ ਉਸਦੇ ਬੱਚੇ ਨੂੰ ਬਚਾ ਲਿਆ ਗਿਆ। ਦਰਅਸਲ ਡਾਕਟਰ ਕਾਮਨਾ ਜਿੰਦਲ ਨੇ ਆਪਣੀ ਸੂਝਬੂਝ ਨਾਲ ਇੱਕ ਗਰਭਵਤੀ ਔਰਤ ਦਾ ਆਪਰੇਸ਼ਨ ਕਰ ਉਸਦੀ ਅਤੇ ਉਸਦੇ ਬੱਚੇ ਦੀ ਜਾਨ ਬਚਾਈ। ਹਾਲਾਂਕਿ ਗਰਭਵਤੀ ਔਰਤ ਦੇ ਪੇਟ 'ਚ ਇੱਕ ਭਰੂਣ ਵੀ ਮਿਲਿਆ ਹੈ, ਜਿਸ ਕਾਰਨ ਇਹ ਕੇਸ ਕ੍ਰਿਟੀਕਲ ਬਣ ਗਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਡਾਕਟਰ ਨੇ ਦੱਸਿਆ ਕਿ ਹਜ਼ਾਰਾਂ ਕੇਸਾਂ 'ਚੋਂ ਅਜਿਹਾ ਇੱਕ ਅੱਧਾ ਹੀ ਕੇਸ ਆਉਂਦਾ ਹੈ, ਕਿਉਂਕਿ ਵੈਸੇ ਤਾਂ ਬੱਚਾ ਜਾਂ ਤਾਂ ਬੱਚੇਦਾਨੀ 'ਚ ਹੁੰਦਾ ਹੈ ਜਾਂ ਟਿਊਬ 'ਚ, ਪਰ ਇਸ ਕੇਸ ਵਿੱਚ ਔਰਤ ਦੇ ਪੇਟ 'ਚ ਭਰੂਣ ਸੀ, ਜਿਸ ਕਾਰਨ ਖਤਰਾ ਪੈਦਾ ਹੋ ਸਕਦਾ ਸੀ। ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਜਿਹਦਾ ਪਹਿਲਾ ਬੱਚਾ ਸੀਗਾ। ਜਦੋਂ ਉਹਨੂੰ ਕਲੀਨਿਕਲੀ ਦੇਖਿਆ ਗਿਆ ਤਾਂ ਪਤਾ ਲੱਗਿਆ ਵੀ ਮਰੀਜ਼ ਦਾ ਬੱਚੇ ਦਾ ਪਾਣੀ ਘੱਟ ਹੈ ਤੇ ਬੱਚਾ ਅਜੇ 8 ਮਾਹ ਸੀਗਾ। ਅਸੀਂ ਉਹਨੂੰ ਇਹ ਗੱਲ ਬਾਰੇ ਇਨਫੋਰਮ ਕੀਤਾ ਤੇ ਉਹਨੂੰ ਦੱਸਿਆ ਵੀ ਬੈਟਰ ਰਹੂਗਾ ਜੇ ਮਰੀਜ਼ ਨੂੰ ਆਪਰੇਸ਼ਨ ਨਾਲ ਚੱਕ ਲਿਆ, ਬੱਚੇ ਨੂੰ ਆਪਰੇਸ਼ਨ ਨਾਲ ਚੱਕ ਲਿਆ ਜਾਵੇ। ਮਰੀਜ਼ ਨੇ ਉਸ ਵਾਸਤੇ ਸਾਨੂੰ ਆਪਣੀ ਸਹਿਮਤੀ ਦਿੱਤੀ। ਅਸੀਂ ਫੇਫੜਿਆਂ ਨੂੰ ਮਚੋਰ ਕਰਨ ਵਾਸਤੇ ਦਵਾਈ ਲਾ ਕੇ ਉਹਦਾ ਆਪਰੇਸ਼ਨ ਕੀਤਾ। ਜਦੋਂ ਆਪਰੇਸ਼ਨ ਕੀਤਾ ਤਾਂ ਆਪਰੇਸ਼ਨ ਦੇ ਡਿਊਰਿੰਗ ਅਸੀਂ ਪਾਇਆ ਵੀ ਜਿਹੜਾ ਇੱਕ ਬੱਚਾ ਹੈਗਾ ਉਹ ਬੱਚੇਦਾਨੀ ਦੇ ਅੰਦਰ ਹੈ, ਇੱਕ ਬੱਚਾ ਪੇਟ ਵਿੱਚ ਪਿਆ ਹੈ। ਮਰੀਜ਼ ਨੂੰ ਚੰਗੀ ਤਰ੍ਹਾਂ ਪੁੱਛਣ ਤੋਂ ਪਤਾ ਲੱਗਿਆ ਵੀ ਮਰੀਜ਼ ਦਾ ਇੱਕ ਅਬੋਰਸ਼ਨ ਅੱਜ ਤੋਂ 2 ਸਾਲ ਪਹਿਲਾਂ ਹੋਇਆ ਸੀ, ਜਿਸ ਬਾਰੇ ਉਹਨੇ ਕਦੇ ਕੋਈ ਜਾਂਚ ਨਹੀਂ ਕਰਾਈ। ਤਾਂ ਇੰਝ ਜਾਪਿਆ ਕਿ ਐਕਟੋਪਿਕ ਪ੍ਰੈਗਨੈਂਸੀ ਸੀਗੀ ਜਿਹੜੀ ਕਿ ਕੰਟੀਨਿਊ ਹੁੰਦੀ ਰਹੀ, ਪੇਟ 'ਚ ਪਿਆ ਰਿਹਾ ਬੱਚਾ ਤੇ ਉਹਦੇ ਨਾਲ ਹੀ ਦੂਜੀ ਪ੍ਰੈਗਨੈਂਸੀ ਹੋ ਗਈ। ਇਸ ਤਰ੍ਹਾਂ ਦਾ ਕੇਸ ਲੱਖਾਂ 'ਚ ਇੱਕ ਹੁੰਦਾ ਹੈ ਵੀ ਐਕਟੋਪਿਕ ਪ੍ਰੈਗਨੈਂਸੀ, ਕ੍ਰੋਨਿਕ ਐਕਟੋਪਿਕ ਪ੍ਰੈਗਨੈਂਸੀ ਦੇ ਨਾਲ ਇੱਕ ਨਾਰਮਲ ਬੱਚਾ ਵੀ ਡਿਲੀਵਰ ਹੋ ਜਾਵੇ। ਮਾਂ ਤੇ ਬੱਚਾ ਹੁਣ ਦੋਨੋਂ ਸਿਹਤਮੰਦ ਹੈ ਤੇ ਠੀਕ ਠਾਕ ਹੈ। ਕਿੰਨਾ ਟਾਈਮ ਲੱਗ ਗਿਆ ਮਤਲਬ ਇਹਨਾਂ ਡਿਲੀਵਰੀ ਕਰਨ ਵਾਸਤੇ? ਡਿਲੀਵਰੀ ਕਰਨ ਵਾਸਤੇ 2 ਦਿਨ ਲੱਗੇ ਸਾਨੂੰ ਜੀ। ਹੁਣ ਕੀ ਮਤਲਬ ਇਹਨਾਂ ਦਾ ਹੈ ਕਿ ਸਥਿਤੀ ਕੀ ਹੈ? ਮਾਂ ਤੇ ਬੱਚਾ ਦੋਨੋਂ ਸਟੇਬਲ ਹੈ ਤੇ ਦੋਨੋਂ ਸਿਹਤਮੰਦ ਹੈ। ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।